ਏਵਨ ਪੰਜਾਬੀ ਨਿਡਰ ਨਿਰਪੱਖ ਤੇ ਨਵੀਂ ਸੋਚ ਮੈਂ ਤੁਹਾਡਾ ਦੋਸਤ ਸੋਮ ਸੋਹਤਾ ਲੈ ਕੇ ਹਾਜ਼ਰ ਹਾਂ। ਕਰੰਟ ਇਸ਼ੂ ਕਰੰਟ ਇਸ਼ੂ ਲਈ ਚੱਲਦੇ ਹਾਂ ਫਤਿਹਗੜ੍ਹ ਝੂੜੀਆਂ, ਜਿੱਥੋਂ ਸਾਡੇ ਮਤਲਬ ਸੀਨੀਅਰ ਸੁਖਦੇਵ ਰੰਧਾਵਾ ਜੀ ਸਾਡੇ ਨਾਲ ਜੁੜੇ ਨੇ ਔਰ ਉੱਥੋਂ ਦਾ ਹਾਲ ਪੁੱਛਦੇ ਹਾਂ ਕਿ ਅੱਜ ਕਾਊਂਟਿੰਗ ਜਿਹੜੀ ਸ਼ੁਰੂ ਹੋ ਚੁੱਕੀ ਆ, ਸਵੇਰ ਤੋਂ ਲੈ ਕੇ ਇਹ ਸ਼ਾਮ ਤੱਕ ਚੱਲਣੀ ਹੈ, ਉਸਦੇ ਕਿੰਨੇ ਰਾਊਂਡ ਹੋ ਚੁੱਕੇ ਨੇ ਔਰ ਕਿੰਨੇ ਹੋਣ ਜਾ ਰਹੇ ਨੇ, ਪੂਰੀ ਖਬਰ ਦੇਣ ਵਾਸਤੇ ਰੰਧਾਵਾ ਸਾਹਿਬ ਸਾਡੇ ਨਾਲ ਫੋਨ ਲਾਈਨ 'ਤੇ ਜੁੜੇ ਹੋਏ ਨੇ। ਰੰਧਾਵਾ ਸਾਹਿਬ, ਸਭ ਤੋਂ ਪਹਿਲਾਂ ਸਵਾਗਤ ਹੈ। ਕਿਸ ਤਰ੍ਹਾਂ ਹੈ ਫਤਿਹਗੜ੍ਹ ਚੂੜੀਆਂ ਸਾਹਿਬ ਦਾ ਮਾਹੌਲ? ਹਾਂਜੀ, ਮੈਂ ਦਰਸ਼ਕਾਂ ਨੂੰ ਜ਼ਰੂਰ ਦੱਸਣਾ ਚਾਹੁੰਦਾ ਕਿ ਹਲਕਾ ਫਤਿਹਗੜ੍ਹ ਚੂੜੀਆਂ ਦੇ ਵਿੱਚ ਬਲਾਕ ਸਮਿਤੀ ਦੇ ਜ਼ੋਨ ਜਿਹੜੇ ਸੀ 14 ਸੀ ਤੇ ਫਤਿਹਗੜ੍ਹ ਚੂੜੀਆਂ ਦੇ ਜ਼ਿਲ੍ਹਾ ਪ੍ਰੀਸ਼ਦ ਦੇ 4 ਸੀ, ਜਿਨ੍ਹਾਂ ਵਿੱਚੋਂ ਬਿਨਾਂ ਮੁਕਾਬਲਾ ਜਿਹੜੇ 17 ਜ਼ੋਨ ਸੀ ਬਲਾਕ ਸਮਿਤੀ ਦੇ ਉਹ ਨਿਰਵਿਘਨ ਜਿਹੜੇ ਉਹ ਜੇਤੂ ਕਰਾਰ ਦਿੱਤੇ ਗਏ ਸੀ, ਜਿਨ੍ਹਾਂ ਨੇ ਅਕਾਲੀ ਦਲ ਵੱਲੋਂ ਬਾਈਕਆਊਟ ਕਰ ਦਿੱਤਾ ਗਿਆ ਸੀ, ਇਸੇ ਕਰਕੇ ਹੀ ਉਹ ਬਿਨਾਂ ਮੁਕਾਬਲਾ ਜਿਹੜੇ ਜਿੱਤ ਚੁੱਕੇ ਸੀ। ਇਹ ਤੇ ਜਿਹੜੇ 4 ਜ਼ੋਨ ਸੀ ਉਹਦੇ ਵਿੱਚੋਂ ਵੀ 3 ਜ਼ੋਨਾਂ ਦੇ ਵਿੱਚ ਜਿਹੜੇ ਬੁਲਾਇਆ 4 ਜ਼ੋਨਾਂ ਦੇ ਵਿੱਚ ਜਿਹੜਾ ਸੀ ਉਹ ਅਕਾਲੀ ਦਲ ਨੇ ਬਾਈਕਆਊਟ ਕਰ ਦਿੱਤਾ ਸੀ, ਜਦਕਿ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਜਿਹੜਾ ਮਾਨ ਗਰੁੱਪ ਹੈ ਉਹਦੇ ਵਿੱਚੋਂ ਇੱਕ ਕੈਂਡੀਡੇਟ ਹੈ ਮਲਕੀਰ ਸਿੰਘ, ਉਹਦੇ ਵੱਲੋਂ ਕਾਗਜ਼ ਜਿਹੜੇ ਵਾਪਸ ਨਾ ਲੈਣ ਕਰਕੇ ਜਿਹੜੀ ਇਹ ਚੋਣ ਜਿਹੜੀ ਸੀ ਜ਼ਿਲ੍ਹਾ ਪ੍ਰੀਸ਼ਦ ਦੀ ਹੋਣ ਗਈ ਸੀ, ਜਿਹਦੇ ਵਿੱਚ ਇਹ 47 ਪਿੰਡਾਂ ਦੇ ਵਿੱਚੋਂ 57 ਜਿਹੜੇ ਬੂਥ ਸੀ ਉਹਨਾਂ ਦੇ ਵਿੱਚ ਵੋਟਿੰਗ ਹੋਈ ਸੀ। ਇਸ ਵਕਤ ਜਿਹੜੀ ਸੁਰੱਖਿਆ ਸੁਰੱਖਿਆ ਪ੍ਰਬੰਧਾਂ ਦੇ ਹੇਠ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ ਦੇ ਫਤਿਹਗੜ੍ਹ ਚੂੜੀਆਂ ਵਿਖੇ ਜਿਹੜਾ ਇਹ ਵੋਟਿੰਗ ਦੀ ਗਿਣਤੀ ਜਿਹੜੀ ਆ ਉਹ ਚੱਲ ਰਹੀ ਆ। ਪਹਿਲਾ ਰਾਊਂਡ ਹੋ ਚੁੱਕਾ ਜਿਹਦੇ ਵਿੱਚੋਂ 808 ਵੋਟਾਂ ਜਿਹੜੀਆਂ ਸੀ ਇਹ ਟੋਟਲ ਪਹਿਲੇ ਰਾਊਂਡ 'ਚ ਪਈਆਂ ਨੇ, ਗਿਣਤੀ ਹੋਈ ਆ, ਜਿਹਦੇ ਵਿੱਚੋਂ 799 ਜਿਹੜੇ ਕਾਂਗਰਸ ਦੇ ਉਮੀਦਵਾਰ ਤਰਪਾਲ ਸਿੰਘ ਹੈ ਉਹਨਾਂ ਨੂੰ ਪਈਆਂ, ਜਦਕਿ ਅੰਮ੍ਰਿਤਸਰ ਦੇ ਜਿਹੜੇ ਇਹ ਮਾਨ ਗਰੁੱਪ ਦੇ ਕੈਂਡੀਡੇਟ ਨੇ ਮਲਕੀਰ ਸਿੰਘ ਉਹਨਾਂ ਨੂੰ ਸਿਰਫ ਤੇ ਸਿਰਫ 10 ਵੋਟਾਂ ਨਾਲ ਹੀ ਸਬਰ ਕਰਨਾ ਪਿਆ ਵਾ, ਜਦਕਿ 9 ਵੋਟਾਂ ਜਿਹੜੀਆਂ ਉਹ ਰਿਜੈਕਟ ਹੋ ਚੁੱਕੀਆਂ ਨੇ ਜੀ। ਸੋਮਤਾ ਜੀ, ਅੱਛਾ ਰੰਧਾਵਾ ਸਾਹਿਬ, ਮਾਹੌਲ ਕਿਸ ਤਰ੍ਹਾਂ ਦਾ ਹੈ ਜੇ ਉਤਸ਼ਾਹ ਦੀ ਗੱਲ ਕਰੀਏ ਕਾਂਗਰਸੀਆਂ ਦੇ ਵਿੱਚ, ਜਿਹੜਾ ਉਤਸ਼ਾਹ ਹੈ ਉਹ ਕਿਸ ਤਰ੍ਹਾਂ ਨਜ਼ਰ ਆ ਰਿਹਾ? ਹਾਂ, ਮੈਂ ਇਹ ਜ਼ਰੂਰ ਉਲੇਖਣੀ ਇੱਥੇ ਹੈ ਕਿ ਜਦ ਸ਼੍ਰੋਮਣੀ ਅਕਾਲੀ ਦਲ ਤੇ ਕਾਂਗਰਸ ਜਿਹੜੀਆਂ ਰਵਾਇਤੀ ਪਾਰਟੀਆਂ ਨੇ ਉਹਨਾਂ ਦੇ ਵਿੱਚ ਆਹਮੋ ਸਾਹਮਣੇ ਟੱਕਰ ਹੁੰਦੀ ਤੇ ਕੋਈ ਨਜ਼ਾਰਾ ਜਿਹੜਾ ਸੀ ਹੋਰ ਹੀ ਵੇਖਣ ਨੂੰ ਮਿਲਦਾ, ਪਰ ਜਦਕਿ ਇਸ ਵਕਤ ਕਾਂਗਰਸ ਦੀ ਇੱਕ ਵਨ ਸਾਈਡਡ ਮੁਕਾਬਲਾ ਵਾ ਤੇ ਜਦਕਿ ਜਿਹੜੇ ਸ਼੍ਰੋਮਣੀ ਅਕਾਲੀ ਦਲ ਮਾਨ ਦੇ ਗਰੁੱਪ ਦੇ ਉਮੀਦਵਾਰ ਮਲਕੀਰ ਸਿੰਘ ਆ ਜਿਸ ਤਰ੍ਹਾਂ ਪਹਿਲੇ ਰਾਊਂਡ ਦੱਸ ਰਿਹਾ ਹੈ ਕਿ 10 ਵੋਟਾਂ ਜਿਹੜਾ ਵਾ ਉਹਨਾਂ ਨੂੰ ਜਿਹੜੀਆਂ ਮਿਲੀਆਂ ਨੇ, ਇਸ ਤੋਂ ਸਾਫ਼ ਯਾਦ ਹੁੰਦਾ ਹੈ ਕਿ ਵਨ ਸਾਈਡਡ ਜਿਹੜਾ ਮੁਕਾਬਲਾ ਉਹ ਕਾਂਗਰਸ ਦੇ ਹੱਕ ਵਿੱਚ ਜਾ ਰਿਹਾ ਹੈ। ਜੇ ਤਕਰੀਬਨ ਜਿਹੜੇ 7 ਰਾਊਂਡ ਹੈ ਇਹ ਮੁਕੰਮਲ ਹੋਣੇ ਆ, ਜਿਹਦੇ ਵਿੱਚੋਂ ਪਹਿਲੇ ਰਾਊਂਡ ਦੇ ਵਿੱਚੋਂ ਹੀ ਕਾਂਗਰਸ ਦੇ ਉਮੀਦਵਾਰ ਵੱਡੀ ਲੀਡ ਨਾਲ ਜਿਹੜਾ ਵਾ ਉਹ ਜੇਤੂ ਹੋ ਕੇ ਨਿਕਲ ਰਿਹਾ ਹੈ। ਤੇ ਮੈਂ ਜ਼ਰੂਰ ਇਹ ਦਰਸ਼ਕਾਂ ਨੂੰ ਜ਼ਰੂਰ ਦੱਸਣਾ ਚਾਹੁੰਦਾ ਵਾਂ ਕਿ ਜਿੱਥੇ ਪਹਿਲਾਂ ਵੀ ਜਿਹੜਾ ਬਾਈਕਆਊਟ ਕੀਤਾ ਗਿਆ ਸੀ ਕਈ ਥਾਂ ਦੇ, ਜਿੱਥੇ ਜਿਸ ਤਰ੍ਹਾਂ ਮਜੀਠਾ ਹਲਕਾ ਹੈ ਜੇ ਨਜ਼ਦੀਕੀ ਹਲਕਾ ਮਜੀਠਾ ਵਾ ਇੱਥੋਂ, ਉਹਦੇ ਵਿੱਚ ਆਮ ਝੜਪਾਂ ਜਿਹੜੀਆਂ ਅਸੀਂ ਦੇਖਣ ਨੂੰ ਮਿਲੀਆਂ, ਪਰ ਇੱਥੇ ਅਮਨ ਅਮਾਨ ਦੀ ਸਥਿਤੀ ਜਿਹੜੀ ਆ ਉਹ ਚੱਲ ਰਹੀ ਹੈ ਤੇ ਵੋਟਾਂ ਦੀ ਗਿਣਤੀ ਜਿਹੜੀ ਅੰਦਰ ਬਹੁਤ ਸ਼ਾਂਤੀਪੂਰਕ ਚੱਲ ਰਹੀ ਹੈ। ਸਿਰਫ ਇੱਕ ਜ਼ਰੂਰ ਗੱਲ ਹੈ ਕਿ ਅਮਲਾ ਵਾ ਸਿਵਲ ਪ੍ਰਸ਼ਾਸਨ ਹੈ ਉਹਦੇ ਵਿੱਚ ਥੋੜ੍ਹੀ ਜਿਹੀ ਢਿੱਲ ਮੱਠ ਹੁੰਦੀ ਨਜ਼ਰ ਆ ਰਹੀ ਆ, ਜਦਕਿ ਆਰ ਓ ਜਿਹੜੇ ਆ ਸੁਖਦੇਵ ਰਾਜ ਬਿਜਲੀ ਬੋਰਡ ਦੇ ਐਸ ਡੀ ਓ ਆ ਉਹਨਾਂ ਦੀ ਢਿੱਲ ਮੱਠ ਜਿਹੜੀ ਆ ਉਹ ਜ਼ਰੂਰ ਸਾਹਮਣੇ ਆ ਰਹੀ, ਜਦਕਿ ਹੋਰ ਦੂਜੇ ਬੂਥਾਂ ਦੇ ਵਿੱਚੋਂ ਆਮ ਜਿਹੜੀ ਆ ਉਹ ਚੌਥਾ ਰਾਊਂਡ ਜਿਹੜਾ ਚਲੇ ਗਿਆ, ਤੇ ਜਦਕਿ ਇੱਥੇ ਅਜੇ ਪਹਿਲੇ ਰਾਊਂਡ ਦੀ ਗਿਣਤੀ ਦਾ ਹੀ ਸਿਰਫ ਰਿਜ਼ਲਟ ਆਇਆ, ਦੂਸਰੀ ਗਿਣਤੀ ਜਿਹੜੀ ਅਜੇ ਸ਼ੁਰੂ ਹੋ ਰਹੀ ਆ। ਗਿਣਤੀ ਵੀ ਜਿਹੜੀ ਤਕਰੀਬਨ 8:30 ਵਜੇ ਜਿਹੜੀ ਆ ਉਹ ਕਾਊਂਟਰਾਂ ਤੇ ਜਦੋਂ ਬੈਲਟ ਬਾਕਸ ਆਏ ਸੀ ਉਹ ਉਦੋਂ ਪਹੁੰਚੇ ਸੀ। ਇਹ ਇੱਥੋਂ ਜ਼ਰੂਰ ਪ੍ਰਸ਼ਾਸਨ ਦੀ ਜਿਹੜੀ ਢਿੱਲ ਮੱਠ ਨਜ਼ਰ ਆ ਰਹੀ ਹੈ। ਬਿਲਕੁਲ ਬਿਲਕੁਲ, ਰੰਧਾਵਾ ਸਾਹਿਬ ਨੇ ਪੂਰੀ ਡਿਟੇਲ ਸਾਨੂੰ ਦਿੱਤੀ ਆ ਫਤਿਹਗੜ੍ਹ ਚੂੜੀਆਂ ਦੀ ਔਰ ਦੱਸਿਆ ਕਿ ਉੱਥੇ ਕਿਸ ਤਰ੍ਹਾਂ ਵੋਟਿੰਗ ਹੋਈ ਆ ਔਰ ਬਹੁਤ ਸਾਰੀਆਂ ਸੀਟਾਂ ਦੇ ਉੱਪਰ ਤਾਂ ਸ਼੍ਰੋਮਣੀ ਅਕਾਲੀ ਦਲ ਨੇ ਪਹਿਲਾਂ ਹੀ ਮਤਲਬ ਆਪਣੇ ਆਪ ਨੂੰ ਪਿੱਛੇ ਕਰ ਲਿਆ ਸੀਗਾ। ਜੇਕਰ ਆਉਣ ਵਾਲੇ ਸਮੇਂ ਦੀ ਗੱਲ ਕਰੀਏ ਤਾਂ ਉੱਥੋਂ ਕਾਂਗਰਸ ਨੂੰ ਜੇਤੂ ਕਰਾਰ ਦਿੱਤਾ, ਲੇਕਿਨ ਸ਼੍ਰੋਮਣੀ ਅਕਾਲੀ ਦਲ ਮਾਨ ਦੇ ਉਮੀਦਵਾਰ ਨੂੰ ਵੀ ਕੁਛ ਕੀ ਵੋਟਾਂ ਪਈਆਂ ਨੇ, ਲੇਕਿਨ ਜ਼ਿਆਦਾ ਕਰਕੇ ਵੋਟਾਂ ਕਾਂਗਰਸ ਦੀ ਝੋਲੀ ਵਿੱਚ ਗਈਆਂ ਨੇ। ਇਹ ਸੀ ਹੁਣ ਤੱਕ ਦੀ ਅਪਡੇਟ, ਬਾਕੀ ਅਪਡੇਟ ਜਿਵੇਂ ਆਉਣਗੇ ਅਸੀਂ ਲੈ ਕੇ ਰੂਬਰੂ ਹੁੰਦੇ ਰਹਾਂਗੇ। ਤੁਸੀਂ ਜੁੜੇ ਰਹੋ ਏਵਨ ਪੰਜਾਬੀ ਟੀ ਵੀ ਦੇ ਨਾਲ।